PAU ਦੇ ਵਿੱਚ ਇੱਕ PAU ਥਾਣੇ ਦੇ ਵਿੱਚ ਇੱਕ ਇਨਸੀਡੈਂਟ ਹੋਇਆ ਸੀ ਜਿਹਦੇ ਵਿੱਚ 15 ਤਰੀਕ ਨੂੰ ਇਹਨਾਂ 21 ਤਰੀਕ ਨੂੰ ਜਿਹਦੇ ਵਿੱਚ ਸਿਰ ਦੇ ਉੱਤੇ ਵਾਰ ਕਰਕੇ ਇੰਜਰਡ ਕਰਕੇ ਇੱਕ ਆਦਮੀ ਤੋਂ ਕੈਸ਼ ਦੀ ਲੁੱਟ ਹੋਈ ਸੀ ਤੇ ਉਹ ਸਾਡੀ ਟੀਮ ਨੇ ਸਖਤ ਮਿਹਨਤ ਕਰਕੇ ਤੇ ਉਹਦੇ ਵਿੱਚ ਅਸੀਂ ਉਹਦੇ ਤਿੰਨ ਮੇਨ ਜਿਹੜੇ ਮੁਲਜ਼ਮ ਹੈ ਉਹਨਾਂ ਨੂੰ ਅਸੀਂ ਅਰੈਸਟ ਕਰਨ 'ਚ ਕਾਮਯਾਬ ਹੋਏ ਹਾਂ ਤੇ ਉਹਦੇ ਵਿੱਚੋਂ ਜਿਹੜਾ ਇੱਕ ਜਿਹੜਾ ਮੁਲਜ਼ਮ ਹੈ ਉਹ ਬੜਾ ਹਾਰਡਨ ਕ੍ਰਿਮੀਨਲ ਆ ਤੇ ਉਹ ਉਹਦੇ ਵਿੱਚ ਉਹਦੇ 15 ਮੁਕੱਦਮੇ ਦਰਜ ਹੈ ਜਿਹੜੇ 5 ਜਲੰਧਰ 2 ਹੁਸ਼ਿਆਰਪੁਰ 3 SAS ਨਗਰ 1 SBS ਨਗਰ 1 ਮੋਗੇ 1 ਖੰਨੇ 1 ਕਮਿਸ਼ਨਰੇਟ ਲੁਧਿਆਣਾ 1 ਸੰਗਰੂਰ ਤੇ ਉਹਦੇ ਵਿੱਚੋਂ ਅਸੀਂ ਉਹਨੂੰ ਅਰੈਸਟ ਕਰ ਲਿਆ ਦੂਸਰਾ ਇੱਕ ਹੈਗਾ ਹਰਵਿੰਦਰ ਉਹਦੇ 'ਤੇ ਕੋਈ ਮੁਕੱਦਮਾ ਨਹੀਂ 1 ਸਨੀ ਔਰ ਲੱਡੂ ਉਹਦੇ 'ਤੇ 3 ਮੁਕੱਦਮੇ ਦਰਜ ਹੈ 1 ਮੋਹਾਲੀ 2 ਮੋਹਾਲੀ 1 ਇੱਥੇ ਲੁਧਿਆਣੇ ਤੇ ਉਹ ਜਿਹੜਾ ਇਹਦੇ ਵਿੱਚ ਜਿਹੜੀ ਮੇਨ ਗੱਲ ਸੀ ਵੀ ਜਦੋਂ ਫਸਟ ਰਿਪੋਰਟ ਕੀਤਾ ਸੀ ਕੇਸ ਤੇ ਉਦੋਂ ਦੱਸਿਆ ਗਿਆ ਸੀ ਜ਼ਬਾਨੀ 7 ਲੱਖ ਫਿਰ ਪਰਚਾ ਦਰਜ ਕਰਾਉਣ ਵੇਲੇ ਕਿਹਾ ਨਹੀਂ ਜੀ ਉਹ 5 ਲੱਖ ਤੇ ਹੁਣ ਜਦੋਂ ਦੱਸਿਆ ਮੁਲਜ਼ਮ ਫੜੇ ਗਏ ਆ ਤੇ ਫਿਰ ਉਹ ਦੱਸਿਆ ਗਿਆ ਕਿ ਹੁਣ ਸ਼ਾਇਦ 4.5 ਜਾਂ ਉਹ ਦੇ ਕਰੀਬ ਸੀ 4 ਤੋਂ ਉੱਤੇ ਸੀ ਪਰ ਮੁਲਜ਼ਮਾਂ ਨੇ ਹਜੇ ਦੱਸਿਆ ਵੀ 2 ਲੱਖ ਦੇ ਕਰੀਬ ਅਮਾਊਂਟ ਇਹਦੇ ਵਿੱਚ ਸੀ ਤੇ ਉਹ ਅਸੀਂ ਵੇਰੀਫਾਈ ਕਰ ਰਹੇ ਹਾਂ ਲੁਧਿਆਣਾ ਕਮਿਸ਼ਨਰੇਟ ਪੁਲਿਸ ਦਾ ਟਰੈਕ ਰਿਕਾਰਡ ਬਿਲਕੁਲ ਸਹੀ ਹੈ ਇਸ ਢੰਗ ਦਾ ਕਿ ਅਸੀਂ ਸ਼ੀਸ਼ੇ ਵਾਂਗੂ ਚੀਜ਼ ਸਾਫ਼ ਕਰ ਦਿੰਦੇ ਹਾਂ ਅਤੇ ਮੈਨੂੰ ਉਮੀਦ ਹੈ ਵੀ ਤੁਹਾਡੇ ਰਾਹੀਂ ਇੱਕ ਮੈਂ ਰਿਕੁਐਸਟ ਵੀ ਕਰਨਾ ਚਾਹੂੰਗਾ ਇੱਥੇ ਕੋਈ ਵੀ ਮੇਜਰ ਕੇਸ ਨਹੀਂ ਹੋਇਆ ਜਿਹੜਾ ਟਰੇਸ ਨਹੀਂ ਹੋਇਆ ਹੋਵੇ ਇਸ ਕਰਕੇ ਗਲਤ ਜਿਹੜੀ ਪ੍ਰਵਿਰਤੀ ਹੈ ਗਲਤ ਅਮਾਊਂਟ ਲਿਖਾਉਣ ਦੀ ਉਹਨੂੰ ਬੰਦ ਕੀਤਾ ਜਾਵੇ ਜੇ ਤੁਸੀਂ ਕੋਈ ਸਮਾਜ ਦੇ ਵਿੱਚ ਆਪਦੇ ਆਪ ਨੂੰ ਅਮੀਰ ਸ਼ੋਅ ਕਰਨਾ ਅਤੇ ਜਾਂ ਆਪਦਾ ਇੰਸ਼ੋਰੈਂਸ ਕਲੇਮ ਕਰਨੀ ਹੈ ਜਾਂ ਸਮਾਜ 'ਚ ਆਪਦੇ ਆਪ ਨੂੰ ਜ਼ਿਆਦਾ ਅਮੀਰ ਸ਼ੋਅ ਕਰਕੇ ਕਰਨਾ ਇਹ ਕੰਮ ਬੰਦ ਕਰੋ ਕਿਉਂਕਿ ਪੁਲਿਸ ਨੂੰ ਮਿਸਲੀਡ ਕਰਕੇ ਲੋਕਾਂ 'ਚ ਡਰ ਅਤੇ ਅਫਵਾਹ ਪੈਦਾ ਕਰਨਾ ਵੀ ਇਹ ਜੁਰਮ ਹੈ ਇਸ ਕਰਕੇ ਅਸੀਂ ਇਹਨੂੰ ਪ੍ਰੈਕਟੀਕਲੀ ਇਹਨੂੰ ਉਹ ਪੂਰਾ ਹਜੇ ਡਿਟੇਲ ਪੁੱਛਗਿੱਛ ਕਰਕੇ ਬਿਲਕੁਲ ਸਾਫ਼ ਕਰ ਦਾਂਗੇ ਪਰ ਇੱਕ ਗੱਲ 'ਤੇ ਸਾਡੀ ਟੀਮ ਕਨਵਿੰਸਡ ਹੈ ਜਿੰਨਾ ਅਮਾਊਂਟ ਲਿਖਾਇਆ ਉਹਨਾਂ ਅਮਾਊਂਟ ਨਹੀਂ ਸੀ ਹੁਣ ਉਹ ਦੁਬਾਰਾ ਉਹਨਾਂ ਨੂੰ ਕਹਾਂਗੇ ਆਪਦੇ ਹਿਸਾਬ ਕਿਤਾਬ ਚੈੱਕ ਕਰ ਲਓ ਕੈਸ਼ੀਅਰ ਨੇ ਕਿੱਥੇ ਪਾਇਆ ਇਹ ਦੱਸਿਆ ਗਿਆ ਕਿ ਸ਼ਾਇਦ ਬੈਗ ਦੀ ਜਿੱਪ ਖੁੱਲ੍ਹੀ ਰਹਿ ਗਈ ਸੀ ਅਤੇ ਸ਼ਾਇਦ ਵੀ ਇੱਧਰੋਂ ਨਿਕਲ ਗਿਆ ਬੈਗ ਦੀ ਜਿੱਪ ਕੋਈ ਰੇਤਾ ਥੋੜ੍ਹੀ ਜਿਹੀ ਕਿਰ ਜੂਗਾ ਇਸ ਕਰਕੇ ਉਹ ਅਸੀਂ ਆਪਦੀ ਡਿਟੇਲ ਚੈੱਕ ਕਰ ਲਾਂਗੇ ਹਾਂਜੀ ਅਤੇ ਇੱਕ ਤਾਂ ਇਹ ਸੀ ਦੂਜਾ ਜਿਹੜੀ ਆਪਣਾ ਉਹਦੇ 'ਚ ਇੱਕ ਸਵਿਫਟ ਕਾਰ ਹੈ ਜਿਹੜੀ ਉਹ ਸਨੈਚ ਕੀਤੀ ਗਈ ਸੀ ਉਹ ਸਵਿਫਟ ਕਾਰ ਸਨੈਚ ਕੀਤੀ ਵੀ ਉਹਨੂੰ ਉਹਦੇ 'ਚ ਅਸੀਂ 12 ਘੰਟਿਆਂ ਦੇ ਵਿੱਚ ਉਹਦੇ 'ਚੋਂ 4 ਮੁਲਜ਼ਮ ਹੈ ਸਨੈਚ ਕਰਨ ਵਾਲੇ ਅਸੀਂ ਉਹ ਫੜ ਲਏ ਅਤੇ 4 ਦੇ ਵਿੱਚੋਂ ਅਜੇ ਕੁਮਾਰ ਅਤੇ 2 ਜਗਤਾਰ ਜੱਗਾ ਅਤੇ 2 ਅਤੇ ਸਿਮਰਨਜੀਤ ਉਰਫ ਗੁੱਡੂ ਅਤੇ 1 ਅਤੇ 1 ਦੋਸ਼ੀ ਆ ਜਿਹੜਾ ਚੰਨਪ੍ਰੀਤ ਉਰਫ ਭਾਟੜਾ ਜਿਹੜਾ ਉਹਦੀ ਜਿਹੜੀ ਹੈ ਗ੍ਰਿਫਤਾਰੀ ਹਜੇ ਬਾਕੀ ਹੈ ਇਹਨਾਂ ਦੇ ਕੋਲੋਂ ਜਿਹੜੀ ਸਨੈਚ ਕੀਤੀ ਗਈ ਸਵਿਫਟ ਡਿਜ਼ਾਇਰ ਕਾਰ ਸਪਲੈਂਡਰ ਮੋਟਰਸਾਈਕਲ ਪਿਸਤੌਲ ਇੱਕ ਨਕਲੀ ਪਿਸਤੌਲ ਇੱਕ ਦਾਤ ਜਿਹਦੇ ਨਾਲ ਇੰਜਰਡ ਕੀਤਾ ਹੋਇਆ ਸੀ ਅਤੇ ਇੱਕ ਦਾਤ ਇੱਕ 16 ਜਿਹੜੇ ਵੱਖ ਵੱਖ ਥਾਵਾਂ ਤੋਂ ਲੁੱਟੇ ਜਿਹੜੇ ਸੀ ਉਹ ਮੋਬਾਈਲ ਅਸਫ ਰਿਕਵਰ ਹੋ ਗਏ ਇਹ ਸਾਰੇ ਦੋਨੇ ਕੇਸਾਂ ਦੇ ਦੋਸ਼ੀਆਂ ਨੂੰ ਅਸੀਂ ਮਾਨਯੋਗ ਅਦਾਲਤ ਵਿੱਚ ਪੇਸ਼ ਕਰਾਂਗੇ ਪੇਸ਼ ਕਰਕੇ ਇਹਨਾਂ ਦਾ ਰਿਮਾਂਡ ਲਵਾਂਗੇ ਅਤੇ ਹੋਰ ਵੀ ਅੱਗੇ ਉਹਨਾਂ ਹਾਂਜੀ ਉਹ ਇਨਵੈਸਟੀਗੇਟਿੰਗ ਅਫਸਰ ਤੁਹਾਨੂੰ ਸਾਰੀ ਡਿਟੇਲ ਦੇ ਦੂਗਾ ਪ੍ਰੈਸ ਨੋਟ ਦੇ ਵਿੱਚ ਲਿਖੀ ਹੋਈ ਹੈ ਮੇਨ ਮਕਸਦ ਕਿਹੜੇ ਇਲਾਕੇ 'ਚ ਅਤੇ ਫੜੇ ਗਏ ਨਾਲੋਂ ਕੇਸ ਟਰੇਸ ਹੋਣਾ ਅਤੇ ਕਮਿਸ਼ਨਰੇਟ ਲੁਧਿਆਣਾ ਦੇ ਵਿੱਚ ਇੱਕੋ ਹੀ ਗੱਲ ਹੈ ਜੀ ਜੇ ਕ੍ਰਾਈਮ ਕਰੋਗੇ ਸਾਡੀ ਟੀਮ ਦੀ ਉਹਨਾਂ 'ਤੇ ਨਿਗਾਹ ਕ੍ਰਿਮੀਨਲ 'ਤੇ ਇਹ ਹੋ ਸਕਦਾ ਵੀ ਜਿਵੇਂ ਇੱਕ ਕੇਸ 'ਚ ਹੁਣ ਸਾਨੂੰ 6 ਦਿਨ ਲੱਗ ਗਏ ਅਤੇ ਦੂਸਰਾ ਕੇਸ ਫਿਰ ਅਸੀਂ ਆਪਦਾ ਰਿਕਾਰਡ ਮੇਨਟੇਨ ਰੱਖਿਆ 12 ਘੰਟਿਆਂ ਦੇ ਵਿੱਚ ਹੀ ਟਰੇਸ ਕਰ ਲਿਆ ਇੱਥੇ ਲੁਧਿਆਣੇ ਕਮਿਸ਼ਨਰੇਟ 'ਚ ਕੋਈ ਜੁਰਮ ਕਰੋਗੇ ਦੇਰ ਹੋ ਸਕਦੀ ਹੈ ਕੁਛ ਘੰਟਿਆਂ 'ਚ ਵੀ ਟਰੇਸ ਹੋ ਸਕਦਾ ਕੁਛ ਦਿਨ ਵੀ ਹੋ ਸਕਦੇ ਪਰ ਸਾਡੀ ਨਿਗਾਹ ਕ੍ਰਿਮੀਨਲ 'ਤੇ ਹੈ
हाँ जिहड़ा एक इंसीडेंट आ उहदे च असीं जिहड़ी वह वहीकल आ वह बंदे ट्रेस हो गए, बंदे आइडेंटिफाइड हो गए आ, जिन्ने मर्जी टिकाने बदल लैन, जिन्ने मर्जी कपड़े बदल लैन, तो जिन्ने मर्जी मोबाइल बदल लैन, तो जां मोबाइल की वरतों करन जां ना करन, असी उन्हां नूं सानू तरीका आउंदा, लुधियाना कमिश्नर पुलिस नूं तरीका आउंदा वी जिहड़ी मर्जी खुड च वड़ जाण, असी जिवें चूहियां नूं खुड्डां दे विच पाणी पा के कढ़ी दा, असी उन्हां नूं खुड्डां चों कढ के लिया के इत्थे ही पेश करांगे। उन्हां दी क्रिमिनल दी जिहड़ी जगह उस लखां दे पिछे आ, आम लोगों के नहीं। थैंक यू सो मच।